फतेहगढ़ साहब पुलिस ने एक कार कंपनी के बड़े कारनामे का पर्दाफाश किया है। इस कंपनी के अधिकारी ने मानसा के कार डीलर नाल मिल के कंपनी दियां 87 कारां नूं कबाड़ दिखा के 85 लाख विच बेच दिता, जिस मगरों डीलर ने यह कारां जाली आरसियां बना के करोड़ां विच बेच दित्तियां। पुलिस ने इस गिरोह के 3 मैंबरां नूं गिरफ्तार करके उन्हां दे कोलों 40 कारां बरामद कीतियां हन। DIG ਰੋਪੜ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਫਤਿਹਗੜ੍ਹ ਸਾਹਿਬ ਦੀ SSP ਡਾਕਟਰ ਰਵਜੋਤ ਕੌਰ ਗਰੇਵਾਲ ਨੇ ਇਸ ਪੂਰੇ ਮਿਸ਼ਨ ਨੂੰ ਅੰਜਾਮ ਦਿੱਤਾ ਹੈ, ਜਿਸ ਵਿੱਚ ਸਾਹਮਣੇ ਆਇਆ ਕਿ ਪਟਿਆਲਾ ਦੇ ਬਹਾਦਰਗੜ੍ਹ ਰੋਡ ਉੱਪਰ ਅਟੇਲੀਅਰ ਆਟੋਮੋਬਾਈਲ ਕੰਪਨੀ ਹੈ, ਜਿਸ ਨੇ ਸਨ 2019 ਵਿੱਚ ਹੜ ਆਉਣ ਦਾ ਫਾਇਦਾ ਚੁੱਕਦੇ ਹੋਏ 87 ਕਾਰਾਂ ਨੂੰ ਕੰਡਮ ਦਿਖਾ ਦਿੱਤਾ ਸੀ। ਮਾਨਸਾ ਦੀ ਪੁਨੀਤ ਟ੍ਰੇਡਿੰਗ ਕੰਪਨੀ ਨੇ ਕਾਰ ਡੀਲਰ ਪੁਨੀਤ ਗੋਇਲ ਅਤੇ ਉਸਦੇ ਸਾਥੀਆਂ ਨੇ ਇਹ ਕਾਰਾਂ 85 ਲੱਖ ਰੁਪਏ ਵਿੱਚ ਕਬਾੜ ਵਿੱਚ ਖਰੀਦ ਲਈਆਂ। ਪੁਨੀਤ ਗੋਇਲ ਦਾ ਪਿਤਾ ਰਾਜਪਾਲ ਸਿੰਘ ਅਤੇ ਇਸ ਕੰਮ ਦਾ ਮਾਸਟਰਮਾਈਂਡ ਜਸਪ੍ਰੀਤ ਸਿੰਘ ਉਰਫ ਰਿੰਕੂ ਬਠਿੰਡਾ ਦਾ RTA ਏਜੰਟ ਨਵੀਨ ਕੁਮਾਰ ਵੀ ਇਸ ਵਿੱਚ ਸ਼ਾਮਲ ਸਨ, ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਨੀਤ ਗੋਇਲ ਹਾਲੇ ਫਰਾਰ ਹੈ, ਜਿਸ ਦੀ ਭਾਲ ਜਾਰੀ ਹੈ। ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੋ ਕਿ ਸਟੇਟ ਦੇ ਹੋਮ ਮਿਨਿਸਟਰ ਵੀ ਨੇ ਅਤੇ DGP ਸਾਹਿਬ ਦੀ ਜਿੱਦਾਂ ਸਖਤ ਦਿਸ਼ਾ ਨਿਰਦੇਸ਼ ਨੇ ਕਿ ਐਂਟੀ ਸੋਸ਼ਲ ਅਤੇ ਕ੍ਰਿਮੀਨਲ ਐਲੀਮੈਂਟਸ ਦੇ ਖਿਲਾਫ਼ ਇੱਕ ਸਪੈਸ਼ਲ ਮੁਹਿੰਮ ਵਿੱਢੀ ਹੋਈ ਹੈ ਸਾਰੀ ਸਟੇਟ 'ਚ, ਉਹ 'ਚ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਫਤਿਹਗੜ੍ਹ ਸਾਹਿਬ ਪੁਲਿਸ ਨੂੰ। ਉਹਨਾਂ ਦੇ ਜਿਹੜੇ SSP ਨੇ ਡਾਕਟਰ ਰਵਜੋਤ ਕੌਰ ਗਰੇਵਾਲ, ਉਹਨਾਂ ਦੀ ਰਹਿਨਮਾਈ 'ਚ ਸਾਰੀ ਟੀਮ ਨੇ, SP ਸਾਹਿਬ ਨੇ, DSP ਸਾਹਿਬ, ਇੰਸਪੈਕਟਰ CIA ਨੇ ਇੱਕ ਬੜਾ ਵੱਡਾ ਗੈਂਗ ਬਸਟ ਕੀਤਾ, ਜਿਹਦੇ 'ਚ ਪਹਿਲੀ ਵਾਰ ਮੈਂ ਦੇਖਿਆ ਕਿ ਕਿਸੇ ਕੁਦਰਤੀ ਆਫਤ ਦਾ ਫਾਇਦਾ ਲੈ ਕੇ ਆਟੋਮੋਬਾਈਲ ਜਿਹੜੇ ਸਪੈਸ਼ਲੀ ਕਾਰਾਂ ਨੇ ਮਾਰੂਤੀ ਸਜ਼ੂਕੀ ਬ੍ਰਾਂਡ ਦੀਆਂ, ਉਹ ਵੇਚੀਆਂ ਮਾਰਕੀਟ 'ਚ ਗਲਤ ਆਰਸੀਆਂ ਬਣਾ ਕੇ। ਉਹਦੇ 'ਚ ਸਾਨੂੰ ਫਤਿਹਗੜ੍ਹ ਸਾਹਿਬ ਪੁਲਿਸ ਨੂੰ 3 ਅਗਸਤ ਨੂੰ ਇਹ ਇਨਫੋਰਮੇਸ਼ਨ ਮਿਲੀ ਸੀ, ਜਿਸ 'ਤੇ ਮੁਕੱਦਮਾ ਦਰਜ ਕੀਤਾ ਗਿਆ ਸੀ ਸਰਹੰਦ। ਉਹਦੇ ਜਿਹੜਾ ਮੋਡਸ ਪਰੈਂਡੀ ਸਾਹਮਣੇ ਆਇਆ ਕਿ ਐਟਲੀਅਰ ਆਟੋਮੋਬਾਈਲਜ਼ ਇੱਕ ਰਾਜਪੁਰਾ ਰੋਡ ਪਟਿਆਲੇ ਦੇ ਉੱਤੇ ਏਜੰਸੀ ਹੈ ਮਾਰੂਤੀ ਦੀ, ਉੱਥੇ ਕੁਦਰਤੀ ਆਫਤ ਜਦੋਂ ਫਲੱਡਸ ਆਏ ਸੀ 2019 ਦੇ ਵਿੱਚ, ਉਹਦੇ 'ਚ 87 ਕਾਰਾਂ ਜਿਹੜੀਆਂ ਉਹਨਾਂ ਡੈਮੇਜ ਹੋਈਆਂ ਪਾਈਆਂ ਗਈਆਂ ਸੀਗੀਆਂ ਜਾਂ ਦਿਖਾਈਆਂ ਗਈਆਂ ਉਹਨਾਂ ਵੱਲੋਂ। ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਸਕ੍ਰੈਪ ਡੀਲਰ ਨੇ ਇੱਕ ਮਾਨਸਾ ਦੇ ਪੁਨੀਤ ਟ੍ਰੇਡਿੰਗ, ਉਹਨਾਂ ਨਾਲ ਸਿੱਧਾ ਹੀ ਡੀਲ ਕਰਕੇ ਕਿਸੇ ਗਵਰਨਮੈਂਟ ਏਜੰਸੀ ਨੂੰ ਵਿੱਚ ਨਾਲ ਲੈ ਜਾਂਦੇ ਹੋਏ, ਟਰਾਂਸਪੋਰਟ ਡਿਪਾਰਟਮੈਂਟ ਦੀ ਕੋਈ ਉਹਦੇ 'ਚ ਕਿਸੇ ਤਰ੍ਹਾਂ ਦਾ ਕਾਊਂਟਰ ਸਿਗਨੇਚਰ ਨਹੀਂ ਸੀਗੇ, ਆਪਸ 'ਚ ਇੱਕ ਡੀਲ ਕਰਕੇ ਉਹ 87 ਗੱਡੀਆਂ ਜਿਹੜੀਆਂ ਕਿ ਰੋਡ ਵਰਦੀ ਨਹੀਂ ਰਹੀਆਂ ਸੀ, ਚੱਲਣ ਯੋਗ ਨਹੀਂ ਸੀਗੀਆਂ, ਉਹ ਵੇਚਤੀਆਂ ਸਕ੍ਰੈਪ ਕਰਕੇ। ਬਟ ਅੱਗੇ ਜਿਹੜਾ ਪੁਨੀਤ ਗੋਇਲ ਨੇ ਆਪਣੇ ਹੋਰ ਜਿਹੜੇ 2-3 ਜਿਹੜੇ ਸਾਜਬਾਜ ਹੋ ਕੇ ਕੋ ਕਿਊਜ਼ ਨਾਲ, ਜਿਹਦੇ 'ਚ ਉਹਦੇ ਫਾਦਰ ਰਾਜਪਾਲ ਵੀ ਹੈ, ਇੱਕ ਏਜੰਟ ਹੈਗਾ ਨਵੀਨ ਕੁਮਾਰ ਬਠਿੰਡੇ ਦਾ, ਇੱਕ ਰਿੰਕੂ ਮਾਨਸਾ ਦਾ ਇਹ ਵੀ ਪੁਰਾਣਾ ਜਿਹੜਾ ਹੈਗਾ ਕ੍ਰਿਮੀਨਲ ਹੈ, ਇਹਨਾਂ ਨਾਲ ਸਾਜਬਾਜ ਹੋ ਕੇ ਇਹਨਾਂ ਦੇ ਵਿੱਚੋਂ ਜਿਹੜੀ 87 ਗੱਡੀਆਂ ਸੀ ਇਹਨਾਂ ਦੇ ਜਾਲੀ ਆਰਸੀਆਂ ਅਲੱਗ ਅਲੱਗ ਜਗ੍ਹਾ ਤੋਂ ਟਰਾਂਸਪੋਰਟ ਡਿਪਾਰਟਮੈਂਟ ਤੋਂ ਬਣਾ ਲਈਆਂ, ਔਰ ਸਿਕਿਉਰਿਟੀ ਨੰਬਰ ਪਲੇਟਸ, ਚਿੱਪ ਵਗੈਰਾ ਸਾਰਾ ਕੁਛ ਉਹ ਸ਼ਾਮਲ ਕਰਵਾ ਲਿਆ ਡਾਕੂਮੈਂਟਸ ਦੇ ਉੱਤੇ, ਬਿਲਕੁਲ ਰੋਡ ਵਰਦੀ ਕਰਕੇ ਬੜੀ ਘੱਟ ਪ੍ਰਾਈਸ ਦੇ ਉੱਤੇ ਹੋਰ ਜਿਹੜੇ ਭੋਲੇ ਭਾਲੇ ਲੋਕਾਂ ਨੂੰ ਵੇਚ ਦਿੱਤੀਆਂ, ਅਤੇ ਇਹਨਾਂ 'ਚ ਜਿਹੜਾ ਮੋਟੀ ਰਕਮ ਇਹਨਾਂ ਨੇ ਕਮਾਈ, ਔਰ ਇਸ ਤਰ੍ਹਾਂ ਸਰਕਾਰ ਨੂੰ ਵੀ ਔਰ ਸਭ ਨੂੰ ਧੋਖਾ ਦਿੱਤਾ, ਜਿਹੜੇ ਖਰੀਦਦਾਰਾਂ ਨੂੰ ਵੀ ਔਰ ਸਾਰੀ ਜਿਹੜੀ ਸਿਸਟਮ ਦੇ ਹੀ ਅਗੇਂਸਟ ਇਹਨਾਂ ਨੇ ਇਹ ਕੰਮ ਜਿਹੜੀ ਇਲੀਗਲ ਕੀਤਾ, ਉਹ 'ਚ ਬਹੁਤ ਵੱਡੀ ਇਹ ਸਫਲਤਾ ਪ੍ਰਾਪਤ ਹੋਈ ਹੈ। ਟੋਟਲ 40 ਗੱਡੀਆਂ ਜਿਹੜੀਆਂ ਮਾਰੂਤੀ ਸਜ਼ੂਕੀ ਬ੍ਰਾਂਡ ਦੀਆਂ ਹੈਗੀਆਂ, ਜਿਹ 'ਚ ਸਿਆਜ਼ ਹੈ, ਹੋਰ ਅਲੱਗ ਅਲੱਗ ਗੱਡੀਆਂ ਨੇ, ਉਹਦੇ 'ਚ ਸਵਿਫਟ ਹੈ, ਬਲੈਨੋ ਹੈ, ਬਰੈਜ਼ਾ ਹੈ, ਅਲਟੋ ਹੈ, ਆਰਟੀਗਾ ਹੈ, ਇਗਨਿਸ, ਜਿਹੜੀ ਵੀ ਅਲੱਗ ਅਲੱਗ ਗੱਡੀਆਂ ਨੇ, ਇਹ ਟੋਟਲ 40 ਗੱਡੀਆਂ ਬਰਾਮਦ ਕੀਤੀਆਂ, ਜੋ ਕਿ ਮੈਂ ਸਮਝਦਾ ਕਿ ਸਟੇਟ ਦੇ ਵਿੱਚ ਬਹੁਤ ਵੱਡੀ ਇੱਕ ਬਰਾਮਦਗੀ ਹੈ, ਬਹੁਤ ਐਕਸੈਪਸ਼ਨਲ ਵਰਕ ਕੀਤਾ। ਇਹਦੇ 'ਚ ਜਿਹੜੀ ਅਗਲੀ ਕਾਰਵਾਈ ਹੈ, ਇਨਡੈਪਥ ਇਨਵੈਸਟੀਗੇਸ਼ਨ ਉਹ ਕੀਤੀ ਜਾ ਰਹੀ ਹੈ। ਡਾਕਟਰ ਰਵਜੋਤ ਜਿਹੜੇ SSP ਨੇ ਉਹ ਆਪ ਇਹਨੂੰ ਸਾਰੀ ਨੂੰ ਲੀਡ ਕੀਤਾ ਉਹਨਾਂ ਨੇ ਓਪਰੇਸ਼ਨ ਨੂੰ, ਔਰ ਉਹਦੇ 'ਚ ਜਿਹੜੀ ਇਨਵੈਸਟੀਗੇਸ਼ਨ ਅੱਗੇ ਚੱਲੇਗੀ, ਇਹਦੇ 'ਚ ਅਸੀਂ ਆਟੋਮੋਬਾਈਲ ਦੇ ਜਿਹੜੇ ਮਾਲਕ ਨੇ ਏਜੰਸੀ ਵਾਲੇ ਉਹਨਾਂ ਨੂੰ ਵੀ ਬੁਲਾ ਰਹੇ ਹਾਂ, ਔਰ ਉਹਨਾਂ ਦਾ ਵੀ ਰੋਲ ਦੇਖਿਆ ਜਾਊਗਾ, ਔਰ ਟਰਾਂਸਪੋਰਟ ਡਿਪਾਰਟਮੈਂਟ ਨਾਲ ਵੀ ਇਹ ਸਾਰਾ ਮਾਮਲਾ ਦੇਖਿਆ ਜਾਊਗਾ, ਕੰਸਰਨਡ ਅਥਾਰਟੀਜ਼ ਨਾਲ, ਕਿ ਕਿਸ ਤਰ੍ਹਾਂ ਐਡਾ ਵੱਡਾ ਸਕੈਮ ਹੋ ਗਿਆ ਔਰ ਕਿਸੇ ਨੂੰ ਇਹ ਪਤਾ ਵੀ ਨਹੀਂ ਲੱਗਿਆ, ਔਰ ਕਿਹਦੀ ਕਿਹਦੀ ਮਿਲੀ ਭੁਗਤ ਹੈ। ਸੋ ਮੈਂ ਇਹਦੇ 'ਚ
दिली मुबारकबाद दिना सारी फतेहगढ़ साहब पुलिस नूं, स्पैशली उन्हां दे एसएसपी साहब ते उन्हां दी टीम नूं।